ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਨੂੰ ਲੈ ਕੇ ਅਕਾਲੀ ਬੀਜੇਪੀ ਅਤੇ ਕਾਂਗਰਸ ਦੇ ਵਿੱਚ ਖਿੱਚਤਾਣ ਸ਼ੁਰੂ ਹੋ ਗਈ ਹੈ। ਅੱਜ SGPC ਵੱਲੋਂ ਕਰਵਾਏ ਜਾਣ ਵਾਲੇ ਸਮਾਗਮਾਂ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਵਾਸਤੇ ਸੁਲਤਾਨਪੁਰ ਲੋਧੀ ਪਹੁੰਚੇ ਪੂਰਵ ਅਕਾਲੀ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਨੇ ਕਿਹਾ ਕਿ ਕਾਂਗਰਸ ਦੀ ਪੁਰਾਣੀ ਚੱਲ ਰਹੀ ਹੈ, ਵੰਡੋ ਤੇ ਰਾਜ ਕਰੋ। ਇੰਦਰਾ ਗਾਂਧੀ ਦਾ ਇੱਕੋ ਹੀ ਮਕਸਦ ਸੀ ਕਿ ਕਿਸੇ ਵੀ ਤਰੀਕੇ ਨਾਲ ਸਿੱਖਾਂ ਨੂੰ ਮਾਨਸਿਕ ਚੋਟ ਦਿੱਤੀ ਜਾਵੇ ਤੇ ਇਸ ਵਿਚਾਰਧਾਰਾ ਨੂੰ ਹੁਣ ਕੈਪਟਨ ਪੂਰਾ ਕਰ ਰਹੇ ਨੇ। ਮਜੀਠੀਆ ਨੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕੈਬਨਿਟ ਮੰਤਰੀਆਂ ਤੇ ਤੰਜ ਕਸਦੇ ਹੋਏ ਕਿਹਾ ਕਿ ਅੱਜ ਕੱਲ ਕੈਪਟਨ ਅਤੇ ਉਹਨਾਂ ਦੇ ਮੰਤਰੀਆਂ 'ਚ ਇੰਦਰਾ ਗਾਂਧੀ ਦੀ ਰੂਹ ਆ ਗਈ ਹੈ। ਕਾਂਗਰਸ ਹਮੇਸ਼ਾ ਸਿੱਖਾਂ ਨੂੰ ਵੰਡਣ ਦੀ ਕੋਸ਼ਿਸ਼ ਕਰਦੀ ਰਹੀ ਹੈ ਤੇ ਅੱਜ ਵੀ ਉਹ ਉਹੀ ਕਰ ਰਹੀ ਹੈ। ਦੇਖੋ, SGPC ਦਾ ਨਹੀਂ ਜੀ, ਇਹ ਕਾਂਗਰਸ ਦੀ ਪੁਰਾਣੀ ਚਾਲ ਰਹੀ ਆ। ਇੰਦਰਾ ਗਾਂਧੀ ਤੋਂ ਲੈ ਕੇ ਰਾਜੀਵ ਗਾਂਧੀ, ਰਾਜੀਵ ਗਾਂਧੀ ਤੋਂ ਲੈ ਕੇ ਅੱਜ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ। ਜਦੋਂ 84 'ਚ ਅਕਾਲ ਤਖਤ ਸਾਹਿਬ ਢਾਇਆ ਸੀ, ਇੰਦਰਾ ਗਾਂਧੀ ਦਾ ਇੱਕੋ ਮਕਸਦ ਸੀ ਕਿ ਇਹ ਜਿਹੜੇ ਗੁਰੂ ਨਾਨਕ ਨਾਮ ਲੇਵਾ, ਇਹਨਾਂ ਨੂੰ ਮਾਨਸਿਕ ਸੱਟ ਪਹੁੰਚਾਉਣੀ। ਔਰ ਅੱਜ ਵੀ ਕਿਵੇਂ ਨਾ ਕਿਵੇਂ ਅਕਾਲ ਤਖਤ ਸਾਹਿਬ ਨੂੰ ਕਮਜ਼ੋਰ ਕੀਤਾ ਜਾ ਸਕੇ, ਸਿੱਖ ਸੰਗਤਾਂ ਨੂੰ ਦੋ ਫਾੜ ਕੀਤਾ ਜਾ ਸਕੇ, ਇਹ ਕਾਂਗਰਸ ਦੀ ਪੁਰਾਣੀ ਸੋਚ ਰਹੀ ਹੈ, ਪਾੜੋ ਅਤੇ ਰਾਜ ਕਰੋ। ਮਗਰ ਸੰਗਤ ਬੜੀ ਸਿਆਣੀ ਹੈ। ਅਕਾਲ ਤਖਤ ਸਾਹਿਬ ਮਹਾਨ ਨੇ, ਅਕਾਲ ਤਖਤ ਸਾਹਿਬ ਪੰਥ ਦੀ ਸ਼ਾਨ ਨੇ, ਔਰ ਸਮੁੱਚੀ ਸੰਗਤ ਜੋ ਅਕਾਲ ਤਖਤ ਸਾਹਿਬ ਦੀ ਮਰਿਆਦਾ ਹੇਠ ਰਹਿ ਕੇ, ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜੋ ਸਿੱਖ ਸੰਗਤਾਂ ਨੇ ਜੋ ਸੇਵਾ ਲਾਈਆਂ ਨੇ, ਉਸ ਨੂੰ ਧਿਆਨ 'ਚ ਰੱਖਦੇ ਹੋ ਆਪਦੀ ਡਿਊਟੀ ਨਿਭਾਉਣਗੀ। ਕਾਂਗਰਸ ਦੀਆਂ ਲੂੰਬੜ ਚਾਲਾਂ, ਚਾਹੇ ਉਹ ਇੰਦਰਾ ਗਾਂਧੀ ਦੀਆਂ ਸਨ ਅਤੇ ਚਾਹੇ ਉਹ ਅੱਜ ਦੇ ਜਿਹਨਾਂ 'ਚ ਇੰਦਰਾ ਗਾਂਧੀ ਦੀ ਰੂਹ ਆਈ ਫੜੀ ਵੜੀ ਫਿਰਦੀ ਆ, ਇੰਨਾ ਕੁਛ ਵਜ਼ੀਰਾਂ ਅਤੇ ਕੈਪਟਨ ਅਮਰਿੰਦਰ ਸਿੰਘ, ਉਹਨਾਂ ਸਭ ਨੂੰ ਜਵਾਬ ਸੰਗਤ ਦਊਗੀ, ਅਸੀਂ ਕੋਈ ਨਹੀਂ ਜਵਾਬ ਦੇਣਗੇ। ਇਤਿਹਾਸ ਕੋਈ ਬਦਲ ਸਕਦਾ ਜੀ? ਕਾਂਗਰਸ ਨੇ ਇਹ ਸ਼ਰਾਰਤ ਕਿਉਂ ਰਚੀ ਹੈ? ਸਰਕਾਰਾਂ ਦਾ ਕੰਮ ਹੈ ਪ੍ਰਬੰਧ ਵੇਖਣਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਡਾਕਟਰ ਮਨਮੋਹਨ ਸਿੰਘ ਜੀ ਵੇਲੇ ਵੀ ਜੋ ਪ੍ਰੋਗਰਾਮ ਹੋਏ ਸਨ, ਉਹ ਸਟੇਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹ ਧਾਰਮਿਕ ਸੇਵਾਵਾਂ ਸੰਗਤ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲਾਈਆਂ। ਨਿਤਿਸ਼ ਕੁਮਾਰ ਜੀ ਦੇ ਪ੍ਰੋਗਰਾਮ ਹੋਇਆ ਸੀ ਪਟਨਾ ਸਾਹਿਬ 'ਚ, ਵੀ ਡਿਊਟੀ ਸੇਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਸੀ। ਔਰ ਅੱਜ ਸਿਰਫ ਤੇ ਸਿਰਫ ਇਹ ਇੰਦਰਾ ਗਾਂਧੀ ਦੀ ਸੋਚ 'ਤੇ ਪਹਿਰਾ ਲਾ ਰਹੀ ਹੈ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ, ਔਰ ਕੁਛ ਨਹੀਂ। ਅਕਾਲ ਤਖਤ ਸਾਹਿਬ ਨੂੰ ਇੱਕੋ ਪ੍ਰਧਾਨ ਮੰਤਰੀ ਹੋਇਆ ਜੀ ਆਜ਼ਾਦੀ ਤੋਂ ਬਾਅਦ, ਜਿਹਨੇ ਅਕਾਲ ਤਖਤ ਸਾਹਿਬ ਨੂੰ ਢਹਿਟੇਰੀ ਕਰਨ ਦੀ ਕੋਸ਼ਿਸ਼ ਕੀਤੀ। ਕੀ ਮਕਸਦ ਸੀ? ਕਿ ਮਾਨਸਿਕ ਸੱਟ ਪਹੁੰਚਾਓ ਗੁਰੂ ਨਾਨਕ ਨਾਮ ਲੇਵਾ ਨੂੰ। ਅੱਜ ਵੀ ਉਹੀ ਹੈ ਕਿ 550 ਸਾਲਾਂ ਕਿੱਥੇ ਵਧੀਆ ਤਰੀਕੇ ਨਾਲ ਨਾ ਮਨਾਇਆ ਜਾ ਸਕੇ, ਧੂਮਧਾਮ ਨਾਲ ਨਾ ਕਿੱਥੇ ਮਨਾਇਆ ਜਾ ਸਕੇ, ਕੋਈ ਨਾ ਕੋਈ ਵਿਘਨ ਸੰਗਤਾਂ ਨੂੰ ਪਾੜਨ ਦਾ ਯਤਨ ਕਾਂਗਰਸ ਹਮੇਸ਼ਾ ਕਰਦੀ ਆਈ ਹੈ, ਔਰ ਅੱਜ ਵੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਉਹੀ ਕੁਛ ਕਰ ਰਹੀ। ਹਰਿਆਣਾ ਅਤੇ ਪੰਜਾਬ 'ਚ ਵਿਧਾਨ ਸਭਾ ਚੁਣਾਵਾਂ ਨੂੰ ਬੀਜੇਪੀ ਦੇ ਨਾਲ ਮਿਲ ਕੇ ਲੜਨ ਨੂੰ ਲੈ ਕੇ ਵਿਕਰਮਜੀਤ ਸਿੰਘ ਮਜੀਠੀਆ ਨੇ ਕਿਹਾ ਕਿ ਪੰਜਾਬ 'ਚ ਅਕਾਲੀ ਦਲ ਬੀਜੇਪੀ ਦੇ ਨਾਲ ਹੀ ਚੁਣਾਵ ਲੜ ਰਹੀ ਹੈ, ਜਦਕਿ ਹਰਿਆਣਾ 'ਚ ਅਕਾਲੀ ਦਲ ਦਾ ਬੀਜੇਪੀ ਦੇ ਨਾਲ ਗਠਬੰਧਨ ਟੁੱਟ ਗਿਆ ਹੈ, ਇਹ ਸਭ ਜਾਣਦੇ ਨੇ। ਉਹਨਾਂ ਨੇ ਕਿਹਾ ਕਿ ਹਰਿਆਣਾ ਦੇ ਮੁੱਦੇ ਅਲੱਗ ਨੇ ਔਰ ਪੰਜਾਬ ਦੇ ਮੁੱਦੇ ਅਲੱਗ, ਇਹਨਾਂ ਦੋਨਾਂ ਨੂੰ ਜੋੜ ਕੇ ਨਹੀਂ ਦੇਖਿਆ ਜਾ ਸਕਦਾ। ਸ਼੍ਰੋਮਣੀ ਅਕਾਲੀ ਦਲ ਬੀਜੇਪੀ ਪੰਜਾਬ 'ਚ ਇਕੱਠੇ ਲੜਾਈ ਲਾ, ਇਹ ਗੱਲ ਇਹ 'ਚ ਕੋਈ ਸ਼ੰਕਾ ਹੈ, ਕੋਈ ਸ਼ਿਕਵਾ ਹੈ? ਬਸ ਵੀਰ, ਕੀ ਮਸਲਾ ਰਹਿ ਗਿਆ? ਹਰਿਆਣੇ 'ਚ ਨਹੀਂ ਲੜ ਰਹੇ ਜੀ ਅਸੀਂ ਇਕੱਠੇ, ਹਰਿਆਣੇ 'ਚ ਅਸੀਂ ਇਕੱਠੇ ਨਹੀਂ ਆ। ਦੇਖੋ, ਅਸੀਂ ਆਪਦੀ ਦੇਖੋ, ਇਹਦਾ ਕਾਰਨ ਜੇ ਨਹੀਂ ਸਾਡਾ ਸਮਝੌਤਾ, ਉਹਦੇ ਬਾਰੇ ਮੈਂ ਤੁਹਾਨੂੰ ਕੀ ਕਹਿ ਸਕਦਾ? ਸਮਝੌਤਾ ਨਹੀਂ ਹੈ, ਸੰਗਤ ਜਾਣਦੀ ਆ, ਔਰ ਅਸੀਂ ਜਿਸ ਦੇ ਨਾਲ ਸਮਝੌਤਾ ਹੈ ਜਾਂ ਜੇ ਸਾਡੇ ਕੈਂਡੀਡੇਟ ਹੈ, ਅਸੀਂ ਉਹਨਾਂ ਦੀ ਜਿੱਤ ਦੀ ਆਸ ਨਹੀਂ ਕਰਾਂਗੇ ਜੀ। ਲੋਕਲ ਮੁੱਦੇ ਨੇ, ਹਰਿਆਣੇ ਦੇ ਆਪਦੇ ਮੁੱਦੇ ਨੇ, ਪੰਜਾਬ ਦੇ ਆਪਣੇ ਮੁੱਦੇ ਨੇ। ਹਰਿਆਣੇ 'ਚ BJP ਰੂਲਿੰਗ ਪਾਰਟੀ ਹੈ, ਪੰਜਾਬ 'ਚ ਕਾਂਗਰਸ ਰੂਲਿੰਗ ਪਾਰਟੀ, ਇਸ ਲਈ ਤੁਸੀਂ ਕੰਪੇਅਰ ਨਹੀਂ ਕਰ ਸਕਦੇ ਕਿ ਤੁਹਾਡੀਆਂ ਤਕਲੀਫਾਂ ਅਤੇ ਹਰਿਆਣੇ ਦੀਆਂ ਸੇਮ ਨੇ ਜੀ। ਜੋ ਵਾਅਦੇ ਕੀਤੇ ਸੀ ਰੂਲਿੰਗ ਪਾਰਟੀ ਨੇ, ਗੱਲ ਉਹਦੀ ਆ, ਔਰ ਇਸ ਗੱਲ ਨੂੰ ਤੁਸੀਂ, ਮੈਂ ਸਮਝਦਾ, ਜਿੰਨੀ ਵੀ ਵੱਧ ਚੜ੍ਹਾ ਕੇ ਗੱਲ ਕਰੀ ਜਾਓਗੇ ਉਹਦਾ ਫਾਇਦਾ ਕੋਈ ਨਹੀਂ। ਜਿਹੜੀ ਵੱਡੀ ਗੱਲ ਹੈ, ਅੱਜ ਜਿਹੜੀ ਧਰਮਸੋਤ ਸਾਹਿਬ ਨੇ ਬਿਆਨ ਦਿੱਤਾ ਕਿ SC ਭਾਈਚਾਰੇ ਦੀਆਂ ਸਹੂਲਤਾਂ ਦਾ ਵਿਰੋਧ ਅੱਜ ਕਾਂਗਰਸ ਦੇ ਮਿਨਿਸਟਰ ਕਰ ਰਹੇ ਆ, ਬੜੀ ਵੱਡੀ ਗੱਲ ਹੈ। SC ਭਾਈਚਾਰੇ ਨੂੰ ਨਾ SC ਸਕਾਲਰਸ਼ਿਪ ਮਿਲੇ, ਨਾ ਪੈਨਸ਼ਨ ਮਿਲੇ, ਨਾ ਆਟਾ ਦਾਲ ਮਿਲੇ, ਨਾ ਸ਼ਗਨ ਸਕੀਮਾਂ ਪਹੁੰਚਣ, ਨਾ ਸਾਈਕਲ ਦੇ ਪ੍ਰਬੰਧ ਪਹੁੰਚਣ, ਔਰ ਵਜ਼ੀਰ ਦਾ ਇਹ ਗੱਲ ਕਹਿ ਦੇਣਾ ਭਗਵਾਨ ਵਾਲਮੀਕ ਜੀ ਦੀ ਸਟੇਜ ਤੋਂ ਕਿ ਇਹ ਸਾਰੀ ਚੀਜ਼ਾਂ ਦਾ 85ਵੀਂ ਅਮੈਂਡਮੈਂਟ ਤੋਂ ਲੈ ਕੇ ਹਰ ਚੀਜ਼ ਦਾ ਵਿਰੋਧ
ਉਹ ਕਾਂਗਰਸ ਦੇ ਵਜ਼ੀਰ ਕਰ ਰਹੇ ਆ, ਉਹਨਾਂ ਦਾ ਨਾਂ ਜਨਤਕ ਕਰਨ, ਉਹਨਾਂ ਦੇ ਚਿਹਰੇ ਨੰਗੇ ਕਰਨ, ਅਤੇ ਕੀ ਅੱਜ ਧਰਮਸੋਤ ਸਾਹਿਬ ਇਹ ਸਰਕਾਰ ਦਾ ਨਿੱਘ ਮਾਨੀ ਜਾਣਗੇ ਕਿ ਫਿਰ ਸਰਕਾਰ ਦੇ ਉਲਟ ਖਲੋ ਕੇ ਐਸੀ ਭਾਈਚਾਰੇ ਨਾਲ ਖਲੋ ਕੇ ਉਹਨਾਂ ਦੀ ਲੜਾਈ ਲੜਨਗੇ? ਅੱਜ ਮੇਰਾ ਇਹ ਸਵਾਲ ਹੈ। ਜਿਵੇਂ ਜਿਵੇਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਨੇੜੇ ਆ ਰਿਹਾ ਹੈ, ਉਵੇਂ ਹੀ ਦੋਨੋਂ ਵਿਪਕਸ਼ੀ ਪਾਰਟੀਆਂ ਨੇ ਇੱਕ ਦੂਜੇ ਤੇ ਤੰਜ ਕਸਣਾ ਸ਼ੁਰੂ ਕਰ ਦਿੱਤਾ ਹੈ। ਇਹ ਨਹੀਂ, ਹਰਿਆਣਾ 'ਚ ਵਿਧਾਨ ਸਭਾ ਚੁਣਾਵਾਂ ਨੂੰ ਲੈ ਕੇ ਵੀ ਅਕਾਲੀ ਦਲ ਅਤੇ ਬੀਜੇਪੀ 'ਚ ਖਿੱਚਤਾਣ ਸ਼ੁਰੂ ਹੋ ਚੁੱਕੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਹਰਿਆਣਾ ਦੀ ਜਨਤਾ ਕੀ ਫੈਸਲਾ ਕਰਦੀ ਹੈ। ਸੁਲਤਾਨਪੁਰ ਲੋਧੀ ਤੋਂ ਸੁਰਿੰਦਰ ਸਿੰਘ ਬੱਬੂ ਦੀ ਰਿਪੋਰਟ, ਗਲੋਬਲ ਪੰਜਾਬ ਟੀਵੀ।